ਆਹ ਚੱਕਰ ਹੋ ਰਿਹਾ ਰੋਡ ਦੇ ਉੱਪਰ ਤਾਂ ਲਾਈਨ ਇੱਧਰ ਬਹੁਤ ਜ਼ਿਆਦਾ ਲੰਬੀ ਲੱਗ ਗਈ ਆ ਐਂਡ ਤੱਕ ਉਹ 3-4 ਕਿਲੋਮੀਟਰ ਦਾ ਦਿਖਦੇ ਉੱਥੇ ਤੱਕ ਤਾਂ ਲੱਗੀ ਹੋਈ ਆ ਮਿੱਤਰੋ ਕੀ ਹਾਲ ਚਾਲ ਨੇ ਜੀ ਵੈਲਕਮ ਬੈਕ ਲੈ ਕੇ ਜੀ ਤੁਹਾਡੇ ਸਾਰਿਆਂ ਦੇ ਲਈ ਇੱਕ ਹੋਰ ਟਰੈਕਿੰਗ ਵਲੋਗ ਤੁਹਾਡੇ ਮਨੋਰੰਜਨ ਦੇ ਲਈ ਹਾਜ਼ਰ ਆ ਵਲੋਗ ਇੱਕ ਹੋਰ ਕੰਮ 'ਤੇ ਚੱਲਿਆ ਮੈਂ ਸੋ ਟਰੈਕਿੰਗ ਵਲੋਗ ਆ ਫਿਰ ਗੱਡੀ ਮੈਂ ਸਿਰਫ ਅਜੇ ਕੱਲ੍ਹ ਹੀ ਧੋਤੀ ਸੀ ਹੈ ਨਾ ਅਤੇ ਇੱਥੇ ਸਨੋਅ ਫਿਰ ਪੈ ਗਈ ਕੱਲ੍ਹ ਤਾਂ ਸਨੋਅ ਪੈਣ ਦੇ ਕਾਰਨ ਫਿਰ ਗੱਡੀ ਦਾ ਫਿਰ ਕੀ ਇਹਨਾਂ ਦੇ ਮੰਦਾ ਹੋ ਗਿਆ ਵਾ ਹੁਣ ਜਿਹੜੀਆਂ ਸੜਕਾਂ ਨੇ ਉਹ ਵੀ ਗੰਦੀਆਂ ਹੋ ਗਈਆਂ ਨੇ ਬਾਕੀ ਠੰਡ ਵੀ ਵੱਧ ਗਈ ਹੈ ਥੋੜ੍ਹੀ ਜਿਹੀ ਯਾਰ ਠੰਡ ਫਿਰ ਹੋ ਗਈ ਅੱਜ -8-9 ਡਿਗਰੀ ਟੈਂਪਰੇਚਰ ਚੱਲ ਗਿਆ ਫਿਰ ਘਟਿਆ ਸੀਗਾ ਤਾਪਮਾਨ -2-3 ਤੋਂ ਲਾਗੇ ਚੱਲ ਗਿਆ ਸੀਗਾ ਪਲੱਸ 'ਚ ਵੀ ਚੱਲ ਗਿਆ ਸੀ ਥੋੜ੍ਹੇ ਟਾਈਮ ਲਈ ਪਰ ਫਿਰ ਠੰਡ ਜਿਹੜੀ ਵੱਧ ਗਈ ਆ ਹੁਣ ਗੱਡੀ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਸਨੋਅ ਪੈ ਗਈ ਆ ਸਾਰੇ ਬੰਨੇ ਸੋ ਇੱਕ ਤਾਂ ਸਨੋਅ ਸਾਫ਼ ਕਰਨੀ ਪੈਣੀ ਆ ਇਹਨੂੰ ਮੈਂ ਸਟਾਰਟ ਕਰਕੇ ਪਹਿਲਾਂ ਗਰਮ ਕਰਦਾ ਅਤੇ ਨਾਲੇ ਜਿਹੜੀ ਆਪਣੋ ਸਾਈਡ ਨਾਲ ਸਨੋਅ ਆ ਉਹ ਸਾਫ਼ ਕਰ ਲਈਏ ਇਹਨੂੰ ਕਰਦੀ ਆ ਆਟੋ 'ਤੇ ਮੈਂ ਇਹਦੀ ਹੁਣ ਆਹ ਉੱਦਾਂ ਬਰੱਸ਼ ਹੁੰਦਾ ਵਾ ਸਨੋਅ ਮੂਹਰੇ ਲਾਉਣ ਨੂੰ ਪਰ ਮੇਰੇ ਤੋਂ ਬਰੱਸ਼ ਹੈ ਨਹੀਂ ਆ ਸੋ ਆਪਾਂ ਕੋਈ ਦੇਸੀ ਜੁਗਾੜ ਕੱਢਦੇ ਹਾਂ ਇਹਨੂੰ ਰੱਖਣਾ ਤਾਂ ਚਾਹੀਦਾ ਇੱਕ ਬਰੱਸ਼ ਆ ਲਿਆ ਕੇ ਸਹੀ ਜਿਹੜੀ ਗੱਲ ਆ ਉਹ ਹੈਗਾ ਨਹੀਂ ਹੁਣ ਇੱਦਾਂ ਹੀ ਸਾਰਨਾ ਪੈਣਾ ਕੱਲ੍ਹ ਹੀ ਧੋਤੀ ਸੀ ਮੈਂ ਧੋ ਕੇ ਤਾਂ ਬੜਾ ਖੁਸ਼ ਸੀ ਮੈਂ ਸੋਚਿਆ ਕਿ ਚੱਲ ਹੁਣ ਦਿਨ ਸਾਫ਼ ਆ ਰਿਹਾ ਅੱਗੇ ਪਰ ਕਿੱਥੇ ਸਾਫ਼ ਰਹਿਣ ਦਿੰਦਾ ਰੱਬ ਗੱਡੀ ਨੂੰ ਕਰਦੀ ਹੈ ਬੰਦ ਇੱਥੋਂ ਇੱਕ ਜਿਹੜੀ ਹੋਰ ਪ੍ਰੋਬਲਮ ਆਉਂਦੀ ਆ ਆਈਸ ਦੀ ਜਿੱਦਾਂ ਤੁਸੀਂ ਦੇਖ ਸਕਦੇ ਵਿੰਡਸ਼ੀਲਡ 'ਤੇ ਹੁਣ ਜਿਹੜੀ ਆਈਸ ਇਕੱਠੀ ਹੋਈ ਪਈ ਇਹ ਆਈਸ ਦਾ ਇੱਦਾਂ ਹੁੰਦਾ ਕਿ ਜਦੋਂ ਰਾਤ ਨੂੰ ਜਦੋਂ ਗੱਡੀ ਗਰਮ ਹੁੰਦੀ ਆ ਗੱਡੀ ਗਰਮ ਨੂੰ ਬਾਹਰ ਲਾ ਦਿੰਦੇ ਹੈ ਨਾ ਅਤੇ ਬਾਹਰ ਗੱਡੀ ਗਰਮ ਦੇ ਉੱਤੇ ਸਨੋਅ ਪੈ ਜਾਂਦੀ ਆ ਉਹ ਸਨੋਅ ਪਿਘਲ ਜਾਂਦੀ ਪਿਘਲ ਕੇ ਤਾਂ ਪਾਣੀ ਬਣ ਜਾਂਦੀ ਆ ਪਾਣੀ ਬਣਨ ਤੋਂ ਬਾਅਦ ਉਹ ਬਾਅਦ 'ਚ ਜਦੋਂ ਰਾਤ ਨੂੰ ਥੋੜ੍ਹੀ ਥੋੜ੍ਹੀ ਹੌਲੀ ਹੌਲੀ ਗੱਡੀ ਠੰਡੀ ਹੋਣ ਲੱਗ ਪੈਂਦੀ ਆ ਫਿਰ ਉਹ ਆਈਸ ਬਣ ਜਾਂਦੀ ਸੋ ਉਹਨੂੰ ਆਈਸ ਨੂੰ ਮੈਲਟ ਕਰਨ ਦੇ ਲਈ ਫਿਰ ਗੱਡੀ ਨੂੰ ਗਰਮ ਕਰਨਾ ਪੈਂਦਾ ਗਰਮ ਹਵਾ ਜਿਹੜੀ ਉਹ ਵੱਜਦੀ ਉਹਦੇ ਨਾਲ ਵਿੰਡਸ਼ੀਲਡ ਨਾਲ ਤਾਂ ਫਿਰ ਉਹ ਗਰਮ ਹੋ ਕੇ ਫਿਰ ਪਿਘਲਦੀ ਆਈਸ ਸੋ ਇਹ ਵੀ ਬੜਾ ਸਿਆਪਾ ਯਾਰ ਇੱਥੇ ਬਾਹਰ ਗੱਡੀ ਲਾਉਣ ਦਾ ਸੋ ਗੱਡੀ ਬਾਹਰ ਲਾ ਕੇ ਗਲਤੀ ਕਰ ਲਈ ਮੈਂ ਉਹ ਨਾ ਮੈਨੂੰ ਆਸ ਸੀ ਕਿ ਦਿਨ ਹੋ ਜਾਣਗੇ ਸਾਫ਼ ਅਤੇ ਮੈਂ ਸੋਚਿਆ ਹੋ ਹੀ ਗਏ ਹੁਣ ਲਗਭਗ ਪਰ ਕਿੱਥੇ ਹੁੰਦੇ ਯਾਰ ਇਹਦੀ ਛੇਤੀ ਰੱਬ ਕਹਿੰਦਾ ਹੈ ਕਿ ਨਾ ਪੁੱਤ ਇੱਡੀ ਜਲਦੀ ਨਹੀਂ ਚਲੋ ਇਹ ਤਾਂ ਹੈ ਜੋ ਹੈ ਕੋਈ ਚੱਕਰ ਨਹੀਂ ਚੱਲਦਾ ਰਹਿੰਦਾ ਤਾਂ ਮਾੜਾ ਚੰਗਾ ਟਾਈਮ ਅਤੇ ਪਿੱਛੇ ਜਿਹੜਾ ਸ਼ੀਸ਼ਾ ਜਿਹੜਾ ਹੁੰਦਾ ਉਹ ਫਿਰ ਵੀ ਸਾਫ਼ ਹੋਇਆ ਕਾਫੀ ਛੇਤੀ ਹੁਣ ਅੱਗੇ ਵਾਲਾ ਇਹਨੂੰ ਹਜੇ ਟਾਈਮ ਲੱਗਣਾ ਹੈ ਗੱਡੀ ਗਰਮ ਹੋਣੀ ਆ ਹੌਲੀ ਹੌਲੀ ਗਰਮ ਹਵਾ ਫਿਰ ਇੱਥੇ ਵੱਜਣੀ ਆ ਉਹਨੇ ਫਿਰ ਉਹਨੂੰ ਪਿਘਲਾਉਣਾ ਆ ਮੈਂ ਇੱਦਾਂ ਕਰ ਦਿੰਦਾ ਹਾਂ ਉੱਦਾਂ ਇਹਦੇ 'ਚ ਲੱਗਾ ਤਾਂ ਹੈਗਾ ਆ ਦੂਜਾ ਕੀ ਕਹਿੰਦੇ ਉਹਨੂੰ ਗੱਡੀ ਨੂੰ ਮੈਲਟ ਕਰਨ ਵਾਲਾ ਹੈ ਵਿੰਡ ਸਕਰੀਨ ਤੋਂ ਆਹ ਲੱਗਾ ਬਟਨ ਇੱਥੇ ਇਹਦੇ ਨਾਲ ਉਹਦੀਆਂ ਤਾਰਾਂ ਜਿਹੀਆਂ ਹੁੰਦੀਆਂ ਵਿੱਚ ਬਰੀਕ ਬਰੀਕ ਦੇਖਣੀਆਂ ਤੁਹਾਨੂੰ ਜਿਹੜੀਆਂ ਬਰੀਕ ਬਰੀਕ ਤਾਰਾਂ ਜਿਹੀਆਂ ਚੱਲਦੀਆਂ ਨੇ ਵਿੰਡਸ਼ੀਲਡ 'ਤੇ ਉਹ ਤਾਰਾਂ ਜਿਹੀਆਂ ਬਣੀਆਂ ਨੇ ਉਹਦੇ ਨਾਲ ਵਿੰਡਸ਼ੀਲਡ ਜਿਹੜੀ ਗਰਮ ਹੋ ਜਾਂਦੀ ਉਹਨੂੰ ਹੀਟਡ ਵਿੰਡਸ਼ੀਲਡ ਕਹਿੰਦੇ ਉੱਦਾਂ ਪਰ ਉਹ ਬਰਫ਼ ਜਿਹੜੀ ਉੱਪਰ ਇੰਨੀ ਮੋਟੀ ਲੜ ਕੀ ਕਹਿੰਦੇ ਇੰਨੀ ਮੋਟੀ ਪਰਤ ਜੰਮ ਗਈ ਉੱਪਰ ਉਹਦੇ ਕਰਕੇ ਉਹ ਵੀ ਕੁਛ ਨਹੀਂ ਕਰਦੀ ਇੱਦਾਂ ਦੇ ਟਾਈਮ 'ਚ ਸੋ ਇਹ ਹੌਲੀ ਹੌਲੀ ਹੁਣ ਅਜੇ ਮੈਲਟ ਕਰੂ ਉਹਨੂੰ ਗਰਮ ਹਵਾ ਜਿਹੜੀ ਆ ਇੱਥੋਂ ਕੁਝ ਕਰਤਾ ਕੰਮ ਉਹਨੇ ਪਰ ਇੱਥੇ ਅਜੇ ਵੀ ਨਹੀਂ ਕੰਮ ਕੀਤਾ ਜਿੱਦਾਂ ਇੱਥੇ ਵਿੱਚ ਕਰ ਦਿੱਤਾ ਹੈ ਕੰਮ
ਪਾਉਣੀ ਆਪਣੇ ਟਰੱਕ ਯਾਰਡ ਦੇ ਵਿੱਚ ਤੇ ਆਹ ਵਾਲਾ ਲੋਡ ਆ। ਅੱਛਾ, ਸੋ ਆਹ ਵਾਲਾ ਲੋਡ ਜਿਹੜਾ ਇਸ ਟ੍ਰੇਲਰ ਦੇ ਉੱਪਰ ਆ ਨਾ, ਇਹ ਆਹ ਵਾਲਾ ਤੁਸੀਂ ਦੇਖ ਸਕਦੇ ਹੋ, ਇਹ ਵਾਲਾ ਲੈ ਕੇ ਜਾਣਾ ਆ ਆਪਾਂ ਤੇ ਕਰੀ ਕੀ ਜਾਂਦੇ ਆ। ਇਹ ਲੱਗਦਾ ਟਰੱਕ ਫਸਾਇਆ ਪਿਆ ਆ। ਇੱਕ ਮਿੰਟ ਯਾਰ, ਲੱਗਦਾ ਉੱਥੇ ਟਰੱਕਾਂ ਦੀ ਪਾਰਕਿੰਗ ਦੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਪਈ ਆ। ਮੈਂ ਪਹਿਲਾਂ ਨਾਲ ਕਰਵਾ ਦਾਂ, ਫਿਰ ਕਰਦੇ ਹਾਂ ਆਪਾਂ ਥੋੜ੍ਹੀ ਜਿਹੀ ਅੱਗੇ ਜਾ ਕੇ ਗੱਲਬਾਤ। ਤੁਹਾਨੂੰ ਦਿਖਾ ਦਿੰਦਾ ਉੱਦਾਂ ਇੱਥੋਂ ਉੱਪਰੋਂ। ਕਿਵੇਂ ਹੋ, ਠੀਕ ਠਾਕ ਹੋ? ਅੱਛਾ, ਸੋ ਮੈਂ ਗੱਲ ਕਰਦਾ ਸੀਗਾ ਜਿਹੜਾ ਉਹ ਟਰੱਕ ਹੈ ਪਿੱਛੇ ਲੋਡਡ, ਉਹ ਵਾਲਾ ਅਤੇ ਉਹ ਪਿੱਛੇ ਉਹ ਵਾਲਾ ਟਰੱਕ, ਉਹਦੇ ਵਿੱਚ ਜਿਹੜਾ ਲੋਡ ਹੈ ਉਹ ਲਵਾਉਣ ਜਾਣਾ ਪਹਿਲਾਂ। ਉਸ ਤੋਂ ਬਾਅਦ ਇੱਕ ਲੋਡ ਚੱਕਣ ਜਾਣਾ ਵਾ ਇੱਥੋਂ, ਸ਼ਹਿਰ ਇੱਥੋਂ ਹੈਗਾ ਕੋਈ 500 ਕਿਲੋਮੀਟਰ ਗ੍ਰੈਂਡ ਪ੍ਰੇਰੀ। ਸੋ ਅੱਜ ਹੀ ਚੁੱਕਣਾ ਆ, ਇਹ ਚੱਲਿਆ ਕਰਨ ਫਟਾਫਟ ਜ਼ੋਰਾਂ ਸ਼ੋਰਾਂ ਦੇ ਨਾਲ, ਸਮਾਨ ਕਰਦੇ ਹੋਏ ਇਕੱਠਾ। ਗੱਡੀ ਕਰ ਲਈਏ ਲੋਕ ਅਤੇ ਆ ਜਾਓ ਨਿਕਲੀਏ। ਸੋ ਇਹ ਟਰੱਕ ਹੈਗਾ ਇੱਕ, ਇੱਧਰ ਵੜ ਲਈਏ, ਟਰੱਕ ਹੈਗਾ ਇੱਕ ਵੋਲਵੋ। ਵੋਲਵੋ ਟਰੱਕ ਜਿਹੜੇ, ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ ਸ਼ਾਂਤ ਹੁੰਦੇ ਆ, ਡਰਾਈਵਰ ਫਰੈਂਡਲੀ ਬਹੁਤ ਆ। ਇੱਥੇ ਰਾਈਡ ਵੀ ਹੈਗੀ, ਭਰਾਵਾ। ਸੋ ਵੋਲਵੋ ਟਰੱਕ ਜਿਹੜੇ ਸ਼ਾਂਤ ਹੁੰਦੇ ਬਹੁਤ। ਜਿੱਦਾਂ ਹੁਣ ਟਰੱਕ ਸਟਾਰਟ ਹੈ, ਮੈਂ ਡੋਰ ਬੰਦ ਵੀ ਕਰ ਦਿੰਦਾ। ਸੋ ਕਾਫੀ ਸ਼ਾਂਤੀ ਆ ਟਰੱਕਾਂ ਦੇ ਅੰਦਰ ਇਹਨਾਂ ਦੇ, ਇਹ ਵਧੀਆ ਲੱਗਦੇ ਇਸ ਗੱਲ ਤੋਂ ਮੈਨੂੰ। ਇਹਦੀ ਮੈਂ ਹੁਣ ਕਰਨ ਲੱਗਾ ਇੱਕ ਪ੍ਰੀ ਟ੍ਰਿਪ ਇੰਸਪੈਕਸ਼ਨ, ਉਹ ਕਰਕੇ ਤੇ ਫਿਰ ਆਉਣਾ ਅੰਦਰ। ਫਿਰ ਆਪਾਂ ਚੱਲਦੇ ਹਾਂ ਨਿਸਕੂ, ਨਿਸਕੂ ਜਾਣਾ ਲੋਡ ਲਵਾਉਣ, ਫਟਾਫਟ ਲਵਾ ਕੇ ਕੰਮ ਕਰਕੇ ਡਨ। ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦੀ ਸਾਈਟ ਆ ਅੱਗੇ, ਅਤੇ ਕਿੱਦਾਂ ਦਾ ਕੀ ਕੁਛ ਆ, ਅਤੇ ਕਿੱਦਾਂ ਦਾ ਅਤੇ ਕਿਉਂ ਅਤੇ ਕਿਉਂ ਅਤੇ। ਅੱਜ ਬੜਾ ਮੇਰਾ ਗੱਲਾਂ ਕਰਨ ਦਾ ਦਿਲ ਕਰਦਾ। ਹੁਣ ਹੋ ਰਹੀ ਆ ਪ੍ਰੀ ਟ੍ਰਿਪ ਇੰਸਪੈਕਸ਼ਨ, ਥੋੜ੍ਹੇ ਮਾਰ ਮਾਰ ਕੇ ਟਾਇਰ ਚੈੱਕ ਕੀਤੇ ਜਾ ਰਹੇ ਨੇ, ਅਤੇ ਉਹਦੇ ਇਲਾਵਾ ਹੋਰ ਲੋਡ ਆਪਣਾ ਸਿਕਿਓਰ ਆ, ਟਰੱਕ 'ਚ ਕੋਈ ਪ੍ਰੋਬਲਮ ਨਹੀਂ, ਸਾਰੀਆਂ ਚੀਜ਼ਾਂ ਚੈੱਕ ਕਰਦੇ ਹੋਏ ਨਿਕਲ ਜਾਣਾ ਆਪਾਂ ਇੱਥੋਂ। ਆਹ ਟਰੱਕ ਸੀ ਜਿਹੜਾ ਪਿੱਛੇ ਲਿਆ ਕੇ ਲਾਇਆ ਉੱਥੋਂ ਦੀ ਘੁਮਾ ਕੇ, ਉਹ ਇੱਥੇ ਜਗ੍ਹਾ ਨਹੀਂ ਸੀ ਹੈਗੀ, ਸੋ ਇਹਨੂੰ ਹੁਣ ਕੱਢ ਲੈਣਾ ਵਾ, ਇਹਨੂੰ ਥੋੜ੍ਹੀ ਜਿਹੀ ਅੱਗੇ ਕਰ ਲਵਾਂਗੇ ਬਾਅਦ 'ਚ ਨਾ। ਇਹ ਸਿਸਟਮ ਹੈ ਸੋਲੇ, ਕਰ ਲਈ ਆ ਪ੍ਰੀ ਟ੍ਰਿਪ ਇੰਸਪੈਕਸ਼ਨ। ਆਹ ਟਰੱਕ ਜਿਹੜਾ ਆਪਣਾ ਤਿਆਰ ਆ ਹੁਣ ਜਾਣ ਲਈ, ਜੋ ਵੀ ਇੱਥੇ ਚਾਹੀਦਾ ਸੀਗਾ ਡਨ ਆ। ਟਾਇਰ ਟੂਰ ਸਾਰੇ ਠੀਕ ਨੇ, ਸਾਰੀਆਂ ਬ੍ਰੇਕਾਂ ਠੀਕ ਨੇ, ਸਾਰੀਆਂ ਸਟਰੈਪਾਂ ਠੀਕ ਨੇ। ਇੱਥੋਂ ਆਪਾਂ ਜਾਣਾ ਵਾ ਸਾਰਾ 20 ਕਿਲੋਮੀਟਰ ਲੋਡ ਲਵਾਉਣ, ਅਤੇ ਉੱਥੇ ਜਾ ਕੇ ਤਾਂ ਫਿਰ ਕਰਦੇ ਹਾਂ ਟਰੱਕ ਦੀ ਹੋਰ ਗੱਲਬਾਤ। ਬਣੇ ਰਹੋ ਵਲੋਗ ਦੇ ਨਾਲ, ਚਲੋ ਨਾਲ ਦੀ ਨਾਲ ਦਿਨ ਦੇਖੋ ਅੱਜ ਕਿਵੇਂ ਚੱਲਦਾ ਆ, ਘੈਂਟ ਜੀ ਵਲੋਗ ਬਣਾਉਣਾ ਤੁਹਾਡੇ ਸਾਰਿਆਂ ਦੇ ਲਈ। ਆ ਜਾਓ ਜੀ, ਵਾਹਿਗੁਰੂ। ਤੁਹਾਨੂੰ ਇੱਕ ਚੱਲਦੇ ਟਰੱਕ ਤੇ ਕਮੈਂਟਰੀ ਦਿੰਦੇ ਜਾਂਦੇ ਆ ਹਨਾ, ਜਿੱਦਾਂ ਇੱਕ ਆ ਕੈਮਰਾ ਸੈੱਟ ਕਰ ਲਿਆ, ਇੱਕ ਰੋਡ ਦੀ ਵੱਲ, ਰੋਡ ਦੇ ਵੱਲ, ਰੋਡ ਦੀ ਵੱਲ ਨਹੀਂ, ਰੋਡ ਦੇ ਵੱਲ ਫੇਸ ਕਰਦਾ ਕੈਮਰਾ ਸੈੱਟ ਕਰਦਾ। ਹੁਣੇ ਮੈਂ ਹਾਈਵੇ ਤੇ ਚੜਿਆ ਹੋਈ, ਇੱਕ ਹੈਗਾ ਵਾ ਐਂਥਨੀ ਹੰਡੇ ਹਾਈਵੇ, ਇਹ ਹਾਈਵੇ ਜਿਹੜਾ ਵਾ ਇੱਕ ਜਿਹੜੀ ਕੀ ਕਹਿੰਦੇ ਆ ਰਿੰਗ ਰੋਡ ਕਹਿ ਲਓ ਆਪਣੀ ਐਡਮਿੰਟਨ ਦੀ ਸਾਰੀ, ਉਹਦੇ ਉੱਤੇ ਆ ਸੋਨੇ ਦਾ ਐਂਥਨੀ ਹੰਡੇ ਜਿਹੜਾ ਵਾ, ਜਿਹੜੇ ਦੇਖਦੇ ਮੈਨੂੰ ਦੂਜੇ ਸ਼ਹਿਰਾਂ ਤੋਂ ਇੰਡੀਆ ਦੇ ਵਿੱਚੋਂ, ਆਹੜੀ ਰੋਡ ਹੈ ਮੇਨ ਰੋਡ ਹੈ ਜਿਹੜੀ ਆਲੇ ਦੁਆਲੇ ਚੱਲਦੀ ਹੈ ਸਾਰੇ ਸ਼ਹਿਰ ਦੇ। ਸੋ ਹੁਣ ਮੈਂ ਇੱਧਰ ਆਹੜੀ ਲੇਨ ਖਤਮ ਹੋ ਰਹੀ ਆ, ਇੱਧਰੋਂ ਮੈਂ ਖੱਬੇ ਨੂੰ ਮੱਝ ਕਰ ਰਿਹਾ, ਪਿੱਛੇ ਗੱਡੀ ਆਉਂਦੀ, ਇੱਕ ਗੱਡੀ ਦੇ ਪਹਿਲਾਂ ਖੜ ਜਾ ਬੀਬਾ ਆਉਣ ਦੇ ਮੈਨੂੰ, ਜਿੱਦਾਂ ਇੱਧਰੋਂ ਲੇਨ ਖਤਮ ਹੋਈ ਜਾਂਦੀ ਹੈ ਫਿਰ ਮੈਂ ਇੱਧਰ ਨੂੰ ਮਰਜ਼ੀ ਕਰ ਰਿਹਾ, ਕਿਉਂਕਿ ਓਬਵੀਅਸਲੀ ਲੇਨ ਦੇ ਵਿੱਚ ਚੱਲਣਾ ਹੁੰਦਾ। ਆਹ ਸੱਜੇ ਬੰਨੇ ਜਿਹੜੀ ਆ, ਆਹ ਇੱਧਰ ਮੈਂ ਦਿਖਾ ਦਿੰਦਾ ਇੱਦਾਂ ਕਰਕੇ, ਆਹ ਸੱਜੇ ਬੰਨੇ ਇੱਕ ਹੈਗਾ ਵਾ ਇਹ ਉਹ ਦੂਜਾ ਪਲਾਂਟ ਹੈ ਉਹਦਾ, ਓਇਲ ਓਇਲ ਪ੍ਰੋਸੈਸਿੰਗ ਪਲਾਂਟ, ਜਿੱਦਾਂ ਰਿਫਾਈਨਰੀ ਜਿਹਨੂੰ ਕਹਿ ਦਿੰਦੇ ਆ। ਸੋ ਰਿਫਾਈਨਰੀ ਆ ਇੱਥੇ ਇੱਕ, ਓਇਲ ਰਿਫਾਈਨਰੀ, ਇੱਥੇ ਦਾ ਪੈਟਰੋਲੀਅਮ ਵਗੈਰਾ ਨਾ ਉਹ ਬਣਦਾ ਹੈ ਹਨਾ। ਇਹ ਸੱਜੇ ਬੰਨੇ ਆਪਣੇ ਇਹੋ ਹਾਈਵੇ ਆ, ਇਹ ਵਾਲੀ ਜਿਹੜੀ ਰਿੰਗ ਰੋਡ ਆ ਇਹ ਲੈ ਕੇ ਆਪਾਂ ਚੱਲਣਾ ਵਾ ਲਗਾਤਾਰ ਇੱਥੋਂ 17-18 ਕਿਲੋਮੀਟਰ ਅਰਾਊਂਡ, ਫਿਰ ਉੱਥੋਂ ਐਗਜ਼ਿਟ ਕੱਢ ਕੇ ਕੈਲਗਰੀ ਵੱਲ ਨੂੰ ਜਿਹੜੀ ਰਸਤਾ ਜਾਂਦਾ, ਇਹਨੂੰ ਕੈਲਗਰੀ ਟ੍ਰੇਲ ਕਹਿੰਦੇ ਆ, ਜਾਂ ਕੈਲਗਰੀ ਵਾਲਾ ਹਾਈਵੇ 2, ਉੱਧਰ ਨੂੰ ਜਾ ਕੇ ਹੇਠਾਂ ਨੂੰ ਇੱਕ ਨੇੜੇ ਟਾਊਨ ਆ ਨਿਸਕਿਊ,
ਕਿੱਥੇ ਲੋੜ ਆਪਣਾ ਜਿਹੜਾ ਮੇਰੇ ਪਿੱਛੇ ਸੋ ਉੱਧਰ ਨੂੰ ਜਾ ਰਿਹਾ ਵਾਂ ਅਤੇ ਫਿਲਹਾਲ ਉਹੀ ਐਂਥਨੀ ਅੱਡੇ ਹਾਈਵੇ 'ਤੇ ਸੱਜੇ ਬੰਨੇ ਉਹੀ ਅਜੇ ਜਿਹੜਾ ਪਲਾਂਟ ਆ ਓਇਲ ਪ੍ਰੋਸੈਸਿੰਗ ਪਲਾਂਟ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜੇ ਵੀ ਚੱਲ ਰਿਹਾ ਕਾਫੀ ਟਾਈਮ ਚੱਲਦਾ ਹੈ ਕਾਫੀ ਵੱਡਾ ਪਲਾਂਟ ਆ ਹੈ ਨਾ ਕਿਉਂਕਿ ਹੁਣ ਦਿਨ ਸਾਫ਼ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਸੂਰਜ ਚੜ ਗਿਆ ਵਾ ਕ੍ਰਿਸਪੀ ਦਿਨ ਆ ਵਧੀਆ ਦਿਨ ਲੱਗਦਾ ਦੇਖਣ ਨੂੰ ਮਜ਼ਾ ਆ ਰਿਹਾ ਟਰੱਕ ਡਰਾਈਵਿੰਗ ਕਰਨ ਦਾ ਵੀ ਸੋ ਹੈਗਾ ਆ ਨਿਸਕਿਊ ਜਿਹੜਾ ਐਡਮਿੰਟਨ ਦੀ ਇੱਕ ਐਕਸਟੈਂਸ਼ਨ ਹੀ ਆ ਲਗਭਗ ਮੰਨ ਲਓ ਕੰਟੀਨਿਊ ਔਨ 9th ਸਟਰੀਟ ਫॉर 800 ਮੀਟਰਸ ਠੀਕ ਹੈ ਜੀ ਕੰਟੀਨਿਊ ਕਰਾਂਗੇ 800 ਮੀਟਰਸ ਕੰਟੀਨਿਊ ਔਨ 9th ਸਟਰੀਟ ਫॉर 1.5 ਕਿਲੋਮੀਟਰਸ ਕੰਟੀਨਿਊ ਔਨ 9th ਸਟਰੀਟ ਫॉर 800 ਮੀਟਰਸ ਕਨਫਿਊਜ਼ ਹੋ ਗਈ ਆਪਣੀ ਗੂਗਲ ਬੀਪੀ ਲਓ ਜੀ ਆ ਖੱਬੇ ਮੰਨੇ ਤੁਸੀਂ ਦੇਖ ਸਕਦੇ ਹੋ ਪਹੁੰਚ ਗਏ ਸਾਈਟ ਤੇ ਜੀ ਡਿਲੀਵਰੀ ਵਾਲੀ ਸਾਈਟ ਹੈ ਆਪਣੀ ਹੁਣ ਮੈਨੂੰ ਪਤਾ ਨਹੀਂ ਮੈਂ ਇੰਟਰਸ ਕਿਹੜੇ ਬੰਨੇ ਕਰੀ ਜਾਂਦਾ ਗਲਤ ਬੰਨੇ ਤਾਂ ਨਹੀਂ ਕਰੀ ਜਾਂਦਾ ਲਾਦਾ ਤਾਂ ਗਲਤ ਬੰਨੇ ਕਰੀ ਜਾਂਦਾ ਪਰ ਚਲੋ ਆਹ ਹੈਗਾ A1 ਟਰੱਸ ਆਹ ਬੈਕ ਯਾਰਡ ਇਹਨਾਂ ਦਾ ਇੱਥੇ ਬੈਕ ਜਾ ਕੇ ਉੱਥੇ ਟਰੱਕ ਲੈ ਕੇ ਜਾਣਾ ਉੱਥੇ ਲੋਡ ਲਾਉਣਗੇ ਮੇਰਾ ਮੈਨੂੰ ਪਤਾ ਨਹੀਂ ਮੈਨੂੰ ਅੰਦਰ ਸਿੱਧੇ ਜਾਣਾ ਚਾਹੀਦਾ ਜਾਂ ਪਹਿਲਾਂ ਆਫਿਸ ਹੋ ਹੀ ਆਉਂਦੇ ਆ ਇੱਥੇ ਟਰੱਕ ਨੂੰ ਕਰ ਦਈਏ ਪਾਰਕ ਪਹਿਲਾਂ ਅੰਦਰੋਂ ਦਫ਼ਤਰ ਦੇ ਵਿੱਚ ਹੋ ਹੀ ਬਾਈ ਲਿਆਇਆ ਆਪਣੀ ਫੋਰਕਲਿਫਟ ਜੀ ਲੰਬੀ ਬਾਹ ਵਾਲੀ ਲੱਗਦਾ ਇਹੋ ਯਾਰ ਮਿੱਤਰ ਲਾਊਗਾ ਲੋਡ ਆਪਣਾ ਚੱਲਦੇ ਅੰਦਰ ਅੱਛਾ ਪੰਜਾਬੀਆਂ ਦਾ ਆ A1 ਟਰੱਸ ਮੈਂ ਅੰਦਰ ਗੱਲ ਕੀਤੀ ਜਾਵੇ ਤਾਂ ਆਫਿਸ 'ਚ ਪੰਜਾਬੀ ਬੈਠੇ ਸੀ ਯਾਰ ਸਾਰੇ ਸੋ ਮੈਂ ਅਸੂਮ ਕਰ ਰਿਹਾ ਕਿ ਪੰਜਾਬੀਆਂ ਦਾ ਹੀ ਹੋਊਗਾ ਇਹ ਵਧੀਆ ਜਗ੍ਹਾ ਆ ਚੰਗਾ ਕਾਰੋਬਾਰ ਸੈੱਟ ਕੀਤਾ ਹਾਂ ਜਿੱਦਾਂ ਪਿੱਛੇ ਸ਼ੈੱਡ ਜੀ ਬਣੀ ਹੈ ਟੁੱਟੀ ਪਈ ਹੈ ਇਹ ਤੋਂ ਲੱਗਦਾ ਹੈ ਕਿ ਪੰਜਾਬੀਆਂ ਦਾ ਹੀ ਹੋਊਗਾ ਲੋਕ ਅਕਸਰ ਮੁਝੇ ਪੁੱਛਦੇ ਹੈਗੇ ਹੈ ਕਿ ਭਾਅ ਜੀ ਆਪ ਹਿੰਦੀ ਮੇ ਇੰਗਲਿਸ਼ ਕਿਉਂ ਨਹੀਂ ਡਾਲਤੇ ਹਿੰਦੀ ਮੇ ਇੰਗਲਿਸ਼ ਹਮ ਨਹੀਂ ਹਿੰਦੀ ਮੇ ਇੰਗਲਿਸ਼ ਹਿੰਦੀ ਮੇ ਵੀਡੀਓ ਕਿਉਂ ਨਹੀਂ ਡਾਲਤੇ ਹਿੰਦੀ ਮੇ ਵੀਡੀਓ ਹਮ ਇਸ ਲਈ ਨਹੀਂ ਡਾਲਤੇ ਕਿਉਂਕਿ ਹਮਾਰੀ ਹਿੰਦੀ ਕੁਛ ਇਸ ਤਰ੍ਹਾਂ ਕੀ ਹੈ ਅਗਰ ਹਮ ਹਿੰਦੀ ਬੋਲਣੇ ਕੀ ਕੋਸ਼ਿਸ਼ ਕਰੇ ਤੋ ਆਪ ਮੁਝ ਪਰ ਹੱਸੇਂਗੇ ਜੈਸੇ ਆਪ ਅਬ ਆਪ ਲੋਕ ਮੁਝ ਪਰ ਹੱਸ ਰਹੇ ਹੈ ਸੋ ਇਸ ਲਈ ਹਮ ਹਿੰਦੀ ਮੇ ਵੀਡੀਓ ਨਹੀਂ ਡਾਲਤੇ ਸੋ ਕਿਰਪਿਆ ਮੁਝੇ ਹਿੰਦੀ ਮੇ ਵੀਡੀਓ ਡਾਲਨੇ ਕੀ ਰਿਕੁਐਸਟ ਜੋ ਵੀ ਹੁੰਦੀ ਹਿੰਦੀ 'ਚ ਨਾ ਕਰੇ ਧੰਨਵਾਦ ਚਲੋ ਲੋਡ ਆਪਣਾ ਲੱਥ ਚੱਲਿਆ ਦੇਖ ਸਕਦੇ ਤੁਸੀਂ ਪਿੱਛੇ ਲੱਥ ਚੱਲਿਆ ਨਹੀਂ ਐਵੇਂ ਲਾ ਰਿਹਾ ਹੌਲੀ ਹੌਲੀ ਉਹੀ ਉੱਥੇ ਲੈ ਕੇ ਲਾਇਆ ਉਹ ਬਾਈ ਪਿੱਛੇ ਮਸ਼ੀਨ ਜੀ ਵਾਲਾ ਉਹ ਲਾਈ ਜਾਂਦਾ ਉਹਨੂੰ ਹੌਲੀ ਹੌਲੀ ਇੱਥੇ ਬੈਠਾ ਵੇਟ ਕਰ ਰਿਹਾ ਵਾਂ ਅਤੇ ਮੈਂ ਕਮੈਂਟ ਪੜ੍ਹਦਾ ਸੀਗਾ ਕਮੈਂਟ ਆਇਆ ਸੀਗਾ ਬਾਈ ਹਿੰਦੀ ਮੇ ਵੀਡੀਓ ਕਿਉਂ ਨਹੀਂ ਡਾਲਤੇ ਹਿੰਦੀ ਮੇ ਵੀਡੀਓ ਹਮ ਇਸ ਲਈ ਨਹੀਂ ਡਾਲਤੇ ਕਿਉਂਕਿ ਹਮੇ ਹਿੰਦੀ ਬੋਲਣੀ ਆਤੀ ਨਹੀਂ ਉਤਨੀ ਅੱਛੀ ਨਹੀਂ ਉਤਨੀ ਚੰਗੀ ਤਰ੍ਹਾਂ ਨਹੀਂ ਆਤੀ ਅਗਰ ਡਾਲੇਂਗੇ ਤੋ ਹਮੇ ਆਪਕੋ ਆਪ ਮੁਝ ਪਰ ਹੱਸੇਂਗੇ ਹਮ ਚਾਹਤੇ ਨਹੀਂ ਕਿ ਆਪ ਮੁਝ ਪਰ ਹੱਸੇ ਅਤੇ ਮੈਨੂੰ ਪਤਾ ਵਾ ਕਿ ਆਪ ਲੋਕ ਕੋ ਹਿੰਦੀ ਕੀ ਵਜ੍ਹਾ ਹਿੰਦੀ ਕੀ ਜਗ੍ਹਾ ਪੰਜਾਬੀ ਸਮਝ ਆ ਜਾਤੀ ਹੈ ਸੋ ਕਿਰਪਿਆ ਇਸੀ ਪੰਜਾਬੀ ਕੋ ਸਮਝੇ ਧੰਨਵਾਦ ਸਤਿ ਸ਼੍ਰੀ ਅਕਾਲ ਲਓ ਜੀ A1 ਟਰੱਸ ਵਾਲਿਆਂ ਨੇ ਪਿਛਲਾ ਟ੍ਰੇਲਰ ਆਪਣਾ ਕਰ ਦਿੱਤਾ ਹੈ ਖਾਲੀ ਅਤੇ ਹੌਲੀ ਹੌਲੀ ਹੁਣ ਅਗਲਾ ਕਰ ਰਿਹਾ ਸੋ ਇਹ ਕੰਪਨੀ A1 ਟਰੱਸ ਪੰਜਾਬੀਆਂ ਦੀ ਟਰੱਸ ਕੰਪਨੀ ਵਧੀਆ ਜਗ੍ਹਾ ਆ ਵਧੀਆ ਚੀਜ਼ ਆ ਮਨਮੋਹਨ ਬਾਈ ਦਾ ਨਾਮ ਜਿਹੜਾ ਓਨਰ ਹੈ ਮੈਂ ਦੇਖਦਾ ਸੀਗਾ ਔਨਲਾਈਨ ਇਹਨਾਂ ਦਾ ਸਿਸਟਮ ਜਿਹਾ 2004 ਦੀ ਬਣਾਈ ਪਈ ਹੈ ਕਾਫੀ ਟਾਈਮ ਦਾ ਕੰਮ ਇਹਨਾਂ ਦਾ ਵਧੀਆ ਯਾਰ ਵਧੀਆ ਖੁਸ਼ੀ ਹੁੰਦੀ ਇੱਦਾਂ ਦਾ ਕੰਮ ਦੇਖ ਕੇ ਕੋਈ ਪੰਜਾਬੀਆਂ ਨੇ ਵੱਡੇ ਵੱਡੇ ਜਿਹੜੇ ਕੰਮ ਖੋਲ੍ਹੇ ਆ ਕੰਮ ਚਲਾਏ ਨੇ ਉਹ ਚੀਜ਼ਾਂ ਦੇਖ ਕੇ ਖੁਸ਼ੀ ਹੁੰਦੀ ਆ ਆਪਾਂ ਨੂੰ ਵੀ ਵਧੀਆ ਸਾਰੇ ਸਟੈਬਲਿਸ਼ ਹੋ ਰਹੇ ਹੌਲੀ ਹੌਲੀ ਹੋਏ ਵੀ ਨੇ ਹੋਰ ਵੀ ਬੜੇ ਬੜੇ ਵੱਡੇ ਬਿਜ਼ਨਸ ਨੇ ਪੰਜਾਬੀਆਂ ਦੇ ਇੱਥੇ ਕੈਨੇਡਾ ਦੇ ਵਿੱਚ ਉਹ ਚੀਜ਼ਾਂ ਦੇਖ ਕੇ ਹੁੰਦਾ ਕਿ ਹਾਂ ਕਿਉਂਕਿ ਇੰਡੀਆ ਤੋਂ ਉੱਠ ਕੇ ਬੇਸਿਕਲੀ ਆਪਾਂ ਇੱਕ ਇਮੀਗ੍ਰੈਂਟ ਹੁੰਦੇ ਹਾਂ ਨਾ ਜਿੰਨੇ ਵੀ ਆਉਂਦੇ ਆ ਇੰਡੀਆ ਦੇ ਉੱਤੋਂ ਇੰਡੀਆ 'ਚ ਬਿਲਕੁਲ ਲਗਭਗ ਜ਼ੀਰੋ ਦੇ ਨੇੜੇ ਹੀ ਸ਼ੁਰੂ ਕਰਦੇ ਹਾਂ ਕਿਉਂਕਿ ਇੰਡੀਆ 'ਤੇ ਕੁਝ ਖਾਸ ਤਾਂ ਹੁੰਦਾ ਨਹੀਂ ਆਪਣੇ ਕੋਲ ਇੰਡੀਆ ਦੇ ਰੁਪਈਆਂ ਦਾ ਇੱਥੇ ਕੁਝ ਬਣਦਾ ਨਹੀਂ ਫਿਰ ਇੱਥੇ ਆ ਕੇ ਹੌਲੀ ਹੌਲੀ ਕਰਦੇ ਵੱਡੇ ਵੱਡੇ ਕਾਰੋਬਾਰ ਖੋਲ੍ਹ ਲਈਦੇ ਆ ਖੋਲ੍ਹ ਲੈਂਦੇ ਨੇ ਮੈਂ ਤਾਂ ਕੀ ਕੀਤਾ ਮਤਲਬ ਲੋਕ ਖੋਲ੍ਹ ਲੈਂਦੇ ਨੇ ਖੋਲ੍ਹੇ ਹੋਏ ਨੇ ਕੰਮ ਵਧਾਏ ਹੋਏ ਨੇ ਅਤੇ ਉਹ ਚੀਜ਼ਾਂ ਦੇਖ ਕੇ ਖੁਸ਼ੀ ਹੁੰਦੀ ਹੈ ਵਧੀਆ ਲੱਗਦਾ ਹੈ ਕਿ ਜਿਹੜੀ ਮਿਹਨਤ ਹੁੰਦੀ ਆ ਉਹਦਾ ਮੁੱਲ ਤਾਂ ਓਬਵੀਅਸਲੀ ਪੈਂਦਾ ਹੀ ਹੈ ਨਾ ਸਾਰਾ ਕੋਈ ਮਿਹਨਤ ਕਰੇ ਕੁਛ ਨਾ ਕੁਛ ਹੋਵੇ ਵਧੀਆ ਉਹ 2000 ਮੀਟਰ ਦੀ ਉਹ ਵਾਲੇ ਫੋਰਕਲਿਫਟਾਂ ਵਾਲੇ ਜਿਹੜੇ ਹੌਲੀ ਹੌਲੀ ਲੋਡ ਲਾ ਰਹੇ ਆਪਣਾ ਅਤੇ ਆਹ ਥੋੜ੍ਹਾ ਜਿਹਾ ਰਹਿ ਗਿਆ 4 ਪੈਲਟ ਰਹਿ ਗਏ ਟ੍ਰੇਲਰ ਤਾਂ ਹੋ ਗਿਆ ਜੀ ਆਪਣਾ ਖਾਲੀ ਅਤੇ ਕੰਮ ਖਤਮ ਹੈ ਆਪਣਾ ਇੱਥੇ ਸੋ ਹੁਣ ਮੈਂ ਇੱਥੋਂ ਨਿਕਲ ਲੱਗਾ ਬੜੀਆਂ ਓਬਵੀਅਸ ਜਿਹੀਆਂ ਗੱਲਾਂ ਕਰਦਾ ਕਦੀ ਕਦੀ ਮੈਂ ਪਰ ਇੱਥੋਂ ਨਿਕਲ ਕੇ ਅਤੇ ਇੱਕ ਕੰਮ ਕਰਨਾ ਆਪਾਂ ਉਹ ਹੈਗਾ ਆ ਫਿਊਲ ਅਪ ਡੀਜ਼ਲ ਪਾਉਣਾ ਡੀਜ਼ਲ ਆਪਣਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਇੱਥੇ ਡੀਜ਼ਲ ਥੋੜ੍ਹਾ ਹੈ ਆਪਣੇ ਕੋਲੋਂ ਸੋ ਇੱਥੋਂ ਜਾਣਾ ਵਾ 500 ਕਿਲੋਮੀਟਰ ਜਾਣਾ ਵਾ ਗ੍ਰੈਂਡ ਪ੍ਰੇਰੀ ਅਤੇ ਉੱਥੋਂ ਲੋਡ ਚੱਕ ਕੇ ਅਤੇ ਉਹ ਲੈ ਕੇ ਆਉਣਾ ਵਾਪਸ ਅਤੇ ਉੱਥੇ ਟਾਰਪਾਂ ਟੁਰਪਾਂ ਵੀ ਪਾਉਣੀਆਂ ਕਾਫੀ ਕੰਮ ਆ
ਸੋ ਉੱਥੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਊਲ ਪੰਪ ਕਰ ਲੈਂਦੇ। ਇੱਥੇ ਨਿਸਕਿਊ ਦੇ ਵਿੱਚ ਇੱਕ ਪੰਪ ਹੈਗਾ ਨੇੜੇ, ਉੱਥੇ ਜਾ ਪੰਪ ਹੈ, ਉੱਥੇ ਜਾ ਕੇ ਕਰ ਦਈਏ ਫਿਊਲ ਅਪ। ਆ ਜਾਓ ਵੀ ਚੱਲਦੇ ਹਾਂ ਪਾਈਏ ਗੇਅਰ। ਮਿਊਜ਼ਿਕ ਨਾ ਬੰਦ ਹੀ ਰੱਖੀਏ ਕਿਉਂਕਿ ਯੂਟਿਊਬ ਦੇ ਕਾਪੀਰਾਈਟ ਬੜੇ ਭੈੜੇ ਹੁੰਦੇ ਆ। ਹੁਣ ਟਰੱਕ ਨੂੰ ਮੈਂ ਬੈਕ ਕਰ ਰਿਹਾ ਵਾ ਕਿਉਂਕਿ ਇੱਥੋਂ ਕੱਢਣਾ ਥੋੜ੍ਹਾ ਜਿਹਾ ਬੈਕ ਕਰਕੇ ਸੀਗਾ, ਇੱਥੋਂ ਸੱਜੇ ਨੂੰ ਜਾਣਾ ਆ। ਇਹਨਾਂ ਦੀ ਯਾਰਡ ਦੇ ਵਿੱਚ ਜਗ੍ਹਾ ਥੋੜ੍ਹੀ ਘੱਟ ਆ ਅਤੇ ਲਗਭਗ ਹੋ ਗਿਆ ਬੈਕ ਟਰੱਕ। ਹੁਣ ਮੈਂ ਕੱਢ ਰਿਹਾ ਇਹਨਾਂ ਦੇ ਟਰੱਸ ਦੇ ਇਹ ਵਾਰ ਟਰੱਸ ਦੇ ਯਾਰਡ ਦੇ ਵਿੱਚੋਂ ਬਾਹਰ। ਭਾਈ ਰੋਕੀ ਜਾਂਦਾ ਮੈਨੂੰ, ਕਹਿੰਦਾ ਖੜ ਜਾ ਇੱਕ ਮਿੰਟ ਪਾਣੀ, ਕੀ ਗੱਲ ਹੋ ਗਈ ਉੱਥੇ? ਪਰ ਕੋਈ ਹੋਰ ਆਪਸ਼ਨ ਨਹੀਂ ਹੈਗਾ ਆਪਣੇ ਕੋਲੋਂ, ਹੋਰ ਕੋਈ ਆਪਸ਼ਨ ਨਹੀਂ ਹੈਗਾ। ਦੇਖ ਲੈਣਾ ਸੋ ਬਾਈ ਕਹਿੰਦਾ ਕਿ ਟਰੱਕ ਦੇਖ ਲਾ ਪਹਿਲਾਂ ਮੁੜ ਜੂਗਾ ਉੱਥੋਂ ਕਿ ਨਹੀਂ, ਕਿਉਂਕਿ ਉਹ ਅੱਗੇ ਜਿਹੜੀ ਉਹ ਅੱਗੇ ਜਿਹੜਾ ਮੋੜ ਆ ਥੋੜ੍ਹਾ ਟਾਈਟ ਆ, ਦੇਖ ਲੈ। ਮੇਰੇ ਹਿਸਾਬ ਨਾਲ ਮੁੜ ਤਾਂ ਆਉਣਾ ਚਾਹੀਦਾ, ਆਪਾਂ ਚੈੱਕ ਕਰ ਆਉਂਦੇ ਆਪਾਂ ਫਿਰ ਵੀ, ਆਹ ਕੈਮਰੇ ਦੇਖ ਲਾ ਮੈਂ। ਸੋ ਜਗ੍ਹਾ ਦੇਖਦੇ ਸੀਗੇ ਵੀ ਹੈਗੀ ਕਿ ਨਹੀਂ ਮੋੜਨ ਲਈ, ਤੇ ਲੱਗਦਾ ਹੈਗੀ ਆ ਮੇਰੇ ਹਿਸਾਬ ਨਾਲ, ਪਰ ਫਿਰ ਵੀ ਥੋੜ੍ਹਾ ਟਾਈਟ ਆ ਕਿ ਜਗ੍ਹਾ ਥੋੜ੍ਹੀ ਜਿਹੀ ਯਾਰਡ ਦੇ ਵਿੱਚ ਇਹਨਾਂ ਦੇ, ਦੇਖਦੇ ਕੀ ਬਣਦਾ। ਹੁਣ ਮੁੜ ਜਾਣਾ ਚਾਹੀਦਾ, ਲੱਗਦਾ ਨਹੀਂ ਕੋਈ ਚੱਕਰ ਹੋਊਗਾ। ਘੁਮਾ ਕੇ ਜੇ ਖੱਬੇ ਨੂੰ ਜਾਣਾ ਹਨਾ, ਸੋ ਪਿੱਛੇ ਟ੍ਰੇਲਰ ਜਿਹੜਾ ਆ ਰਿਹਾ ਤੁਸੀਂ ਦੇਖ ਸਕਦੇ ਹੋ, ਬਿਲਕੁਲ ਨਾਲ ਨਾਲ ਆ ਰਿਹਾ ਹਨਾ, ਤੇ ਇੱਥੇ ਰੱਖ ਆ ਗਿਆ। ਠੀਕ ਹੈ ਜੀ, ਓਕੇ ਜੀ, ਓਕੇ, ਧੰਨਵਾਦ ਵੀਰੇ, ਧੰਨਵਾਦ। ਲਓ ਜੀ ਨਿਕਲ ਗਿਆ, ਇੰਨਾ ਕੰਮ ਸੀ। ਸੋ ਬੀ ਟ੍ਰੇਨ ਜਿਹੜੀ ਆ, ਟ੍ਰੇਲਰ ਬਹੁਤ ਵੱਡਾ ਹੁੰਦਾ ਆ, ਸੋ ਵੱਡਾ ਟ੍ਰੇਲਰ ਹੋਣ ਕਰਕੇ ਕਦੀ ਕਦੀ ਇੰਨਾ ਪ੍ਰੋਬਲਮ ਜਿਹੜੀਆਂ ਆ ਜਾਂਦੀਆਂ ਨੇ, ਸੋ ਇੱਦਾਂ ਕਰਕੇ ਬੜੇ ਤਰੀਕਿਆਂ ਨਾਲ ਦੇਖ ਕੇ ਨਿਕਲਣਾ ਪੈਂਦਾ, ਹਿਸਾਬ ਲਾਉਣਾ ਪੈਂਦਾ ਕਿਹੜੇ ਕਿਹੜੇ ਐਂਗਲ ਜੇ ਤੇ ਕੱਢਾਂਗੇ ਤੇ ਕਿੰਨਾ ਕੁ ਬਚੇ। ਤਾਂ ਹੁਣ ਪਿੱਛੋਂ ਜਿਹੜੀ ਸੀ ਲਾਸਟ ਵਾਲਾ ਟ੍ਰੇਲਰ, ਉਹਦੀ ਇੰਨੀ ਕੁ ਜਗ੍ਹਾ ਬਚੀ ਪਿੱਛੇ ਮੁੜਨ ਦੀ, ਸੋ ਇਹ ਪ੍ਰੋਬਲਮ ਹੁੰਦੀ ਆ। ਹੁਣ ਦਿਨ ਚੱਲ ਰਹੇ ਆ ਘਰੇ ਬਹਿਣ ਦੇ, ਹੁਣ ਸਾਰੇ ਘਰੋ ਘਰੀ ਬੈਠੇ ਨੇ, ਘਰੋਂ ਬਾਹਰ ਜਾਣਾ ਅਲਾਊਡ ਨਹੀਂ ਹੈ, ਗਵਰਨਮੈਂਟ ਨੇ ਮਨਾ ਕੀਤਾ ਘਰੋਂ ਬਾਹਰ ਜਾਣ ਦਾ। ਮੈਂ ਸੁਣਿਆ ਹਾਂ ਪੰਜਾਬ ਦੇ ਵਿੱਚ ਹੀ ਖਾਸ ਕਰਕੇ, ਪੰਜਾਬ ਪੁਲਿਸ ਵਾਲੇ ਤੇ ਯਾਰ ਬੰਦੇ ਕੁੱਟਣ ਲੱਗ ਪੈਂਦੇ ਬਾਹਰ ਬੈਠਕਾਂ ਕਢਾਉਣ ਦੇ, ਕਾਫੀ ਵੀਡੀਓਜ਼ ਆਉਂਦੀਆਂ ਨੇ ਉਹ 'ਚ ਬੰਦੇ ਨੂੰ ਬੈਠਕਾਂ ਕਢਾਉਣ ਦੇ ਆ ਬਾਹਰ, ਜਿਹੜੇ ਹੁੰਦੇ ਆ ਜਾਂ ਸਿੱਧੇ ਡੰਡੇ ਫੇਰ ਦਿੰਦੇ ਆ, ਡੰਡੇ ਸੈਨੇਟਾਈਜ਼ ਕਰ ਰਹੇ ਸੀ, ਇੱਕ ਉਹ ਵੀ ਦੇਖੇ ਮੈਂ ਸੱਚ ਕਿ ਡੰਡਿਆਂ ਨੂੰ ਲਾ ਲਾ ਕੇ ਉਹ ਸੈਨੇਟਾਈਜ਼ਰ ਜਾਂ ਉਹਨੂੰ ਸਾਫ ਕਰਦੇ ਆ। ਮੈਂ ਯਾਰ ਹੱਦ ਹੋ ਗਈ, ਲੋਕੀ ਵੀ ਰਾਤ ਹੀ ਕਰਾਉਂਦੇ ਆ। ਚਲੋ ਸੋ ਪੰਜਾਬ ਤਾਂ ਬੰਦ ਆ ਇਸ ਵੇਲੇ ਹਨਾ, ਸੋ ਮੈਂ ਕਿਹਾ ਜਿੰਨੀਆਂ ਆਪਾਂ ਵੀਡੀਓ ਜਿਹੜੀਆਂ ਨੇ ਆਪਾਂ ਹੁਣ ਲੰਬੀਆਂ ਲੰਬੀਆਂ ਬਣਾਉਂਦੇ ਹਾਂ ਕਿ ਤੁਹਾਡੇ ਮਨੋਰੰਜਨ ਦੇ ਲਈ ਇੱਕ ਤੁਹਾਨੂੰ ਇੱਕ ਚੀਜ਼ ਮਿਲ ਜੂਗੀ ਫੋਰ ਦਿਸ ਟਾਈਮ ਬੀਇੰਗ, ਕਿ ਤੁਹਾਨੂੰ ਵੱਧ ਚੀਜ਼ਾਂ ਓਨੀ ਵੱਧ ਕੰਟੈਂਟ ਦਈਏ ਜਿੰਨਾ ਟਾਈਮ ਤੁਹਾਡੇ ਕੋਲੋਂ ਫਰੀ ਆ, ਤੁਸੀਂ ਓਨਾ ਵੱਧ ਇੰਜੋਏ ਕਰ ਸਕੋ ਇਹਨਾਂ ਵੀਡੀਓਜ਼ ਨੂੰ। ਗੱਡੀ ਆਉਂਦੀ ਹੈ, ਕਿਹਨੂੰ ਕੱਢ ਲਈਏ ਪਹਿਲਾਂ ਨਿਕਲੀ, ਇਹਦੇ ਮਗਰੇ ਆਪਾਂ ਚਾਲਦਾ ਟਰੱਕ ਪਾਦਾ ਰੋਡ 'ਤੇ। ਇਹ ਹੈਗੀ ਆ ਡਰਾਈਵਿੰਗ ਦੀ ਕਮੈਂਟ ਵੀ ਦੇ ਰਿਹਾ ਮੈਂ ਨਾਲ ਦੀ ਨਾਲ। ਅੱਛਾ
ਦੱਸੋ ਇੱਕ ਚੀਜ਼ ਨਵੀਂ ਡਿਫਰੈਂਟ ਟਰਾਈ ਕਰਨੀ ਅੱਜ ਮੈਂ ਮੇਰੇ ਦਿਮਾਗ 'ਚ ਚੱਲਣ ਦੀ ਹੈਗੀ ਅੱਜ ਆਪਾਂ ਕਰਨਾ ਜਿੱਦਾਂ ਸਾਰੀ ਟ੍ਰਿਪ 'ਤੇ ਮੈਂ ਪਹਿਲਾਂ ਕੀ ਕਰਦਾ ਵਾਂ ਕਿ ਸਿਰਫ ਇੱਕ ਟਾਈਮ ਲੈਪਸ ਬਣਾਉਣਾ ਪੁਆਇੰਟ ਏ ਤੋਂ ਪੁਆਇੰਟ ਬੀ ਦੀ ਸਿਰਫ ਇੱਕ ਟਾਈਮ ਲੈਪਸ ਚੱਲਦੀ ਹੈ ਲਗਾਤਾਰ ਅਤੇ ਉਹ ਸਾਰੇ ਟਾਈਮ ਦੇ ਲਈ ਮੈਂ ਵਿਹਲਾ ਬੈਠਾ ਹੁੰਦਾ ਹੈ ਨਾ ਇੱਦਾਂ ਟਰੱਕ ਦੇ ਉੱਤੇ ਸੋ ਹੁਣ ਮੈਂ ਕੀ ਉਹੀ ਕਰੂੰਗਾ ਕਿ ਜਿੱਦਾਂ ਅੱਜ ਮੈਂ ਉੱਥੇ ਜਾਣਾ ਗ੍ਰੈਂਡਪਰੀ ਜਾਂਦਿਆਂ ਜਾਂਦਿਆਂ ਸਾਰੇ ਰਾਹ ਮੈਂ ਥੋੜ੍ਹੀ ਬਹੁਤੀ ਕਮੈਂਟਰੀ ਵਗੈਰਾ ਦਿੰਦਾ ਜਾਊਂਗਾ ਇੱਥੇ ਜਿੱਦਾਂ ਕੋਈ ਨਾ ਕੋਈ ਵੀਡੀਓ ਚਲਾਈ ਰੱਖਾਂਗੇ ਜਿਹੜੀ ਜਿਹਨੂੰ ਕੋਈ ਨਾ ਕੋਈ ਰਿਐਕਟ ਕਰਦਾ ਜਾਊਂਗਾ ਜਾਂ ਕੋਈ ਨਾ ਕੋਈ ਇਸ ਚੀਜ਼ ਬਾਰੇ ਕੋਈ ਨਾ ਕੋਈ ਗੱਲ ਕਰਦਾ ਜਾਊਂਗਾ ਸੋ ਇਹ ਕਰਾਂਗੇ ਅੱਜ ਆਪਾਂ ਦੇਖਦੇ ਹਾਂ ਕਿਵੇਂ ਚੱਲਦਾ ਅਤੇ ਇੱਕ ਨਵੀਂ ਚੀਜ਼ ਹੈ ਡਿਫਰੈਂਟ ਚੀਜ਼ਾਂ ਟਰਾਈ ਕਰਕੇ ਦੇਖਦੇ ਹਾਂ ਤਾਂ ਕਿ ਵੀਡੀਓ ਜਿਹੜੀ ਹੈ ਉਹ 'ਚ ਵੱਧ ਕੰਟੈਂਟ ਤੁਹਾਨੂੰ ਪੈਕ ਕਰਕੇ ਦੇਵਾਂ ਵੱਧ ਤੁਹਾਡਾ ਮਨੋਰੰਜਨ ਹੋਵੇ ਵੱਧ ਇੰਟਰਸਟਿੰਗ ਚੀਜ਼ ਬਣੇ ਸੋ ਹੁਣ ਆ ਜਿਹੜੀ ਅੱਗੇ ਸਾਹਮਣੇ ਰੋਡ ਆਉਂਦੀ ਹੈ ਇੱਥੋਂ ਆਉਣਾ ਆਪਾਂ ਖੱਬੇ ਨੂੰ ਆਉਣਾ ਮੇਰੇ ਹਿਸਾਬ ਨਾਲ ਇੱਥੋਂ ਖੱਬੇ ਨੂੰ ਆਉਣਾ ਆ ਗਿਆ ਸਟੋਪ ਸਾਈਨ ਬਸ ਪਹੁੰਚ ਹੀ ਚੱਲਿਆ ਮੈਂ ਡਰਾਈਵ ਔਨ ਇੱਥੋਂ ਮੇਰੇ ਸਰ 2-3 ਮਿੰਟ ਦੀ ਡਰਾਈਵ ਸੀਗੀ ਸਾਰੀ ਪਰ ਅੱਗੇ ਹੁਣ ਲਾਈਟਾਂ ਆ ਗਈਆਂ ਨੇ ਲਾਈਟ ਹੁਣ ਹੋ ਗਈ ਆ ਰੈੱਡ ਮੈਂ ਨਾ ਜਿੱਦਾਂ ਟੋਪੀ ਪਾਈ ਹੈ ਨਾ ਇੰਨੀ ਗਰਮੀ ਨਹੀਂ ਹੈਗੀ ਕਿ ਮੈਨੂੰ ਟੋਪੀ ਪਾਉਣ ਦੀ ਲੋੜ ਆ ਇਹ ਟੋਪੀ ਮੈਂ ਤਾਂ ਪਾਈ ਹੈ ਕਿਉਂਕਿ ਮੈਂ ਬਾਰਬਰ ਕੋਲੋਂ ਗਿਆ ਨਾ ਸੀਗਾ ਅਤੇ ਸਾਰੇ ਜਿਹੜੇ ਬਾਰਬਰ ਨੇ ਜਿੰਨੇ ਵਾਲ ਕੱਟਣ ਵਾਲੇ ਸਾਰੇ ਬੰਦ ਨੇ ਲਗਭਗ ਮਤਲਬ ਕਿ ਮੈਂ 2 ਜਣੇ ਡਿਫਰੈਂਟ ਕੋਲੋਂ ਗਿਆ ਕੋਈ ਕਿਸੇ ਨੇ ਸ਼ੋਪ ਹੀ ਨਹੀਂ ਖੋਲੀਆਂ ਆਪਣੀਆਂ ਉਹਦੇ ਕਰਕੇ ਕਰੋਨਾ ਵਾਲੀ ਚੱਲ ਰਹੀ ਆ ਬਿਮਾਰੀ ਚੱਲ ਰਹੀ ਜਿਹੜੀ ਉਹਦਾ ਨਾਂ ਨਹੀਂ ਲੈਣਾ ਆਪਾਂ ਪਰ ਜਿਹੜੀ ਚੱਲ ਰਹੀ ਹੈ ਇੱਕ ਅੱਛਾ ਹੁਣ ਆ ਇੱਥੋਂ ਆਪਾਂ ਲੈਫਟ ਮੁੜ ਜਾਣਾ ਵਾ ਖੱਬੇ ਬੰਨੇ ਆ ਦੇਖਦਾ ਹੋਣਾ ਤੁਹਾਨੂੰ ਸਕਰੀਨ ਦੇ ਵਿੱਚ ਖੱਬੇ ਬੰਨੇ ਹੈਗਾ ਪੈਟਰੋ ਪਾਸ ਇੱਥੋਂ ਫਿਊਲ ਪਾਉਣਾ ਆਪਾਂ ਪੈਟਰੋ ਸਟੇਸ਼ਨ ਆਪਣਾ ਘੁਮਾ ਕੇ ਉੱਪਰੋਂ ਦੀ ਘੁਮਾਉਣਾ ਵਾ ਇੱਦਾਂ ਖੱਬੇ ਨੂੰ ਕੱਟਦਾ ਮੁੜ ਜਾਂ ਸੱਜੇ ਬੰਨੇ ਤੁਸੀਂ ਦੇਖ ਸਕਦੇ ਹੋ ਆਹ ਹੈਗਾ ਪੈਟਰੋ ਪਾਸ ਜਿਹੜਾ ਗੁਰਪੂ ਜਿਹੜਾ ਵਿੱਚ ਲੱਗਾ ਵਾ ਵੀਡੀਓ 'ਤੇ ਉਹ ਬੜਾ ਅਜੀਬ ਜਿਹਾ ਲੱਗਦਾ ਹੋਣਾ ਹੈ ਉਹਦਾ ਕੋਈ ਹੱਲ ਨਹੀਂ ਹੈਗਾ ਮੇਰੇ ਤੋਂ ਆਹ ਸੱਜੇ ਬੰਨੇ ਆ ਗਏ ਆ ਜੀ ਫਿਊਲ ਸਟੇਸ਼ਨ ਆਪਣੇ ਇੱਦਾਂ ਟਰੱਕ ਲੱਗੇ ਆ ਜਿਹੜੇ ਦੋ ਆ ਵਿਚਕਾਰਲਾ ਬੇ ਖਾਲੀ ਆ ਉਹ ਵਿਚਕਾਰਲੇ ਬੇ ਜਾ ਕੇ ਵਾੜ ਦੇਣਾ ਵਾ ਪਰਲੇ ਬੰਨੇ ਵੀ ਖਾਲੀ ਆ ਉੱਦਾਂ ਇੱਕ ਅਤੇ ਆ ਲਓ ਇੱਥੇ ਲਿਆ ਕੇ ਤਾਂ ਵਾੜਤਾ ਆਪਾਂ ਸੋ ਹੁਣ ਬਾਹਰ ਜਾ ਕੇ ਉਹ ਹੀ ਪਿੰਨ ਕੋਡ ਵਗੈਰਾ ਪਾ ਕੇ ਪਵਾ ਲਈਏ ਫਿਊਲ ਆਪਣਾ ਇੱਥੇ ਕਾਰਡ ਪਿਆ ਵਾ ਆਹ ਪਿਆ ਕਾਰਡ ਆਪਣਾ ਇਹਦੇ ਨਾਲ ਹੋ ਗਿਆ ਪੰਪ ਚਾਲੂ ਆਪਣਾ ਇਹਨੂੰ ਪਾ ਕੇ ਇਹਦੇ ਵਿੱਚ ਤਾਂ ਸੋ ਹੁਣ ਨੰਬਰ ਚੱਲ ਗਿਆ ਆਪਣੇ ਹੌਲੀ ਹੌਲੀ ਭਰ ਜੂਗਾ ਫਿਊਲ ਅਪ ਹੋ ਰਿਹਾ ਟਰੱਕ ਆਪਣਾ ਜੀ ਹੌਲੀ ਹੌਲੀ ਹੁਣ ਹੋਈ ਜਾਂਦਾ ਉੱਧਰ ਫਿਊਲ ਫਿਊਲ ਅਪ ਤੋਂ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਮੈਂ ਨਾ ਇੱਕ ਵਾਰੀ ਇੱਦਾਂ ਹੀ ਇੰਡੀਆ ਦੀ ਗੱਲ ਆ ਮੋਟਰਸਾਈਕਲ ਹੁੰਦਾ ਸੀ ਇੱਕ ਤਾਂ ਮੋਟਰਸਾਈਕਲ ਚਲਾ ਲੈਂਦਾ ਸੀ ਇੰਡੀਆ ਮੈਂ ਮੋਟਰਸਾਈਕਲ ਲੈ ਕੇ ਅਤੇ ਮੈਂ ਗਿਆ ਕਿਸੇ ਪੈਟਰੋਲ ਪੰਪ 'ਤੇ ਫਿਊਲ ਅਪ ਕਰਨ ਫਿਊਲ ਅਪ ਇੱਦਾਂ ਹੀ ਪੈਟਰੋਲ ਪਾਉਂਦੇ ਹੁੰਦੇ ਪੈਟਰੋਲ ਪੰਪ ਹੈ ਨਾ ਸੋ ਇੱਥੇ ਤਾਂ ਆਪਾਂ ਆਪੇ ਹੀ ਪਾਈਦਾ ਆ ਉੱਥੇ ਪੈਟਰੋਲ ਪੰਪ ਹੁੰਦੇ ਆ ਦੂਜੇ ਜਿਹੜੇ ਉੱਥੇ ਕੰਮ ਕਰਦੇ ਹੁੰਦੇ ਪੈਟਰੋਲ ਪੰਪ 'ਤੇ ਸੋ ਇੱਦਾਂ ਮੈਂ ਗਿਆ ਅਤੇ ਇੱਕ ਬਾਈ ਸੀਗਾ ਨਾ ਜਿਹਨੇ ਜਿਹੜਾ ਅੱਗੇ ਪੈਟਰੋਲ ਪਾਉਂਦਾ ਸੀਗਾ ਉਹਨੇ ਪਤਾ ਕੀ ਕੀਤਾ ਉਹਨੇ ਦੇਖਿਆ ਸ਼ਦਾਰੂ ਜਿਹਾ ਹੈਗਾ ਵਾ ਨਾ ਉਹਨੇ ਮਤਲਬ ਕਿ ਮੈਂ 50 ਦਾ ਕਿਹਾ ਉਹਨੂੰ ਪਾਉਣ ਨੂੰ ਅਤੇ ਉਹਨੇ ਮੈਂ ਸਰ ਨਾ ਬਤਾਲੀ ਦੇ ਬੰਦ ਕਰਤਾ ਇੱਦਾਂ ਦਾ ਕੁਛ ਸੀ ਬਤਾਲੀ ਦਾ ਧਾਲੀ ਦੇ ਬੰਦ ਕਰਤਾ ਪਰ ਉਹਨੇ ਚਲਾਕੀ ਮਾਰਨ ਦੀ ਕੋਸ਼ਿਸ਼ ਕੀਤੀ ਇੱਕੋ ਦਮ ਕਿ ਮੇਰਾ ਧਿਆਨ ਉੱਧਰ ਨਹੀਂ ਜਾਊਗਾ ਅਤੇ ਮੈਂ ਬੰਦ ਕਰਕੇ ਫਟਾਫਟ ਉਹਨੇ ਬੰਦ ਕਰਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਮਸ਼ੀਨ ਜੀ ਕਿ ਨੰਬਰ ਮਿਟ ਜਾਣਾ ਉੱਪਰੋਂ ਹੈ ਨਾ ਸੋ ਖਿੱਚ ਲਿਆ ਉਹਨੇ ਬੰਦ ਕਰਕੇ ਖਿੱਚ ਲਿਆ ਤਾਂ ਮੈਂ ਕਿਹਾ ਮੈਂ ਦੇਖ ਲਿਆ ਮੈਂ ਕਿਹਾ ਪੂਰੇ ਤਾਂ ਹੋਏ ਨਹੀਂ ਨੰਬਰ ਜਿੰਨੇ 50 ਤਾਂ ਹੋਏ ਨਹੀਂ ਪੂਰੇ ਅਤੇ ਬੱਚ ਕਹਿੰਦਾ ਉਹ ਅੱਛਾ ਅੱਛਾ ਮੇਰਾ ਧਿਆਨ ਨਹੀਂ ਯਾਦ ਹੋਇਆ ਬੱਚ ਮੈਂ ਘਰੇ ਆ ਗੱਲ ਕੀਤੀ ਤਾਂ ਮੈਨੂੰ ਘਰਦਿਆਂ ਦੱਸਿਆ ਕਿ ਘਰਦਿਆਂ ਨੂੰ ਦੱਸਿਆ ਕਿ ਇੱਦਾਂ ਜਿਹੜੇ ਇੱਦਾਂ ਦੇ ਕਾਫੀ ਕਰਦੇ ਆ ਉਹ ਜਿਹਦਾ ਪੰਪ ਦਿੱਤਾ ਉਹ ਕੀ ਕਰਦੇ ਆ ਕਿ ਉਹ ਬੇਵਕੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਹਦਾ 5-10 ਕਰਦੇ ਰਹਿੰਦੇ ਇਹਦਾ 5-10 ਬਚਾ ਲਏ
ਜੇ 500 ਦਾ ਗੱਡੀ ਕਿਸੇ ਨੇ ਤੇਲ ਪਾਇਆ ਵਾ ਉਹਦੇ 5 ਘੱਟ ਪਾਏ ਉਹਦੇ ਨਾਲ ਉਹਨਾਂ ਨੂੰ ਉਹਨਾਂ ਹੀ ਉਹਦੇ ਉਹਦੇ ਐਂਡ ਦੇ ਜਿੰਨੇ ਇਕੱਠੇ ਹੁੰਦੇ ਪੂਰੇ ਦਿਨ ਦੇ ਉਹ ਫਿਰ ਆਪਣੀ ਜੇਬ 'ਚ ਪਾ ਲੈਂਦੇ ਆ ਇੱਦਾਂ ਦੇ ਕੰਮ ਵੀ ਕਰਦੇ ਲੋਕ ਇੰਡੀਆ ਵਿੱਚ ਉੱਦਾਂ ਮੈਨੂੰ ਗੱਲ ਯਾਦ ਆਈ ਸੀ ਇੱਕ ਉਹਨਾਂ ਦੀ ਵੀ ਮਜਬੂਰੀ ਹੋਊਗੀ ਕੋਈ ਆਪਣੀ ਆਪਾਂ ਕਹਿਣਾ ਤਾਂ ਚਾਹੀਦਾ ਨਹੀਂ ਵੈਸੇ ਪਰ ਮੈਨੂੰ ਤਾਂ ਹੱਥੋਂ ਫਿਊਲ ਪਾਉਂਦਿਆਂ ਇੱਕ ਗੱਲ ਯਾਦ ਆਈ ਜਿਹੜਾ ਕੰਮ ਗਲਤ ਹੈ ਯਾਰ ਉਹ ਗਲਤ ਕੰਮ ਕਰਨਾ ਨਹੀਂ ਚਾਹੀਦਾ ਵੈਸੇ ਜਿਹੜਾ ਵੀ ਗਲਤ ਕੰਮ ਕਰਦਾ ਕੀ ਪਤਾ ਕਈ ਗੱਲ ਕੰਮ ਆਪਾਂ ਵੀ ਕਰਦੇ ਜਿਹੜੇ ਬੜੇ ਗਲਤ ਨੇ ਦੂਜੇ ਨੇ ਅੱਖਾਂ 'ਚ ਕੀ ਪਤਾ ਵੀਡੀਓ ਜਿਹੜੀਆਂ ਬਣਾਉਂਦਾ ਮੇਰੇ ਨਹੀਂ ਚੰਗੀਆਂ ਲੱਗਦੀਆਂ ਲੋਕਾਂ ਨੂੰ ਪੋਲੀਟਿਕਲੀ ਕਰੈਕਟ ਹੋਣਾ ਬਹੁਤ ਔਖਾ ਕੰਮ ਹੈ ਵੈਸੇ ਗੱਲਬਾਤ ਤੇ ਦੇਖੋ ਮਨੋਰੰਜਨ ਕਰਦੇ ਜਾਂਦੇ ਆ ਐਰਕੀ ਜਾਂਦਾ ਜਾਂਦਾ ਵੀ ਕੋਈ ਨਾ ਕੋਈ ਗੱਲਬਾਤ ਜ਼ਰੂਰ ਕਰਾਂਗੇ ਬੜੇ ਨੂੰ ਵਲੋਗ ਦੇ ਨਾਲ ਸੋ ਹੈਗਾ ਟਰੱਕ ਸਟਾਪ ਤੇ ਆਹ ਵਾਲਾ ਆਹ ਲਾਇਆ ਟਰੱਕ ਆਪਣਾ ਇੱਥੇ ਤੇ ਇੱਧਰ ਚੱਲਿਆ ਸੀਗਾ ਮਾੜਾ ਜਿਹਾ ਕਾਫੀ ਚੱਕਣ A&W ਤੇ ਇੱਥੇ ਕਨਵੀਨੀਅੰਸ ਸਟੋਰ ਜਾ ਉੱਧਰ ਆਹ ਪਿੱਛੇ ਟਿਮਡ ਨਹੀਂ ਹੈਗਾ ਆ ਪਰ ਉਹ ਥੋੜ੍ਹੀ ਦੂਰ ਆ ਮੈਂ ਜਾਣਾ ਚਾਹੁੰਦਾ ਨਹੀਂ ਇੰਨੀ ਦੂਰ ਇੱਥੋਂ ਨੇੜੇ ਚੱਕ ਲੈਂਦੇ ਹਾਂ ਫਿਰ ਚੱਲਦੇ ਹਾਂ ਗ੍ਰੈਂਡ ਪੇਰੀ ਵੱਲ ਫਿਊਲ ਅਪ ਕਰ ਲਿਆ ਸੀ ਡਨ ਆਪਣਾ ਹੈ ਨਾ ਇੱਥੇ ਸਟੋਰ ਦੇ ਅੰਦਰ ਪਈਆਂ ਨਾ ਟਰੱਕਾਂ ਲਈ ਚੀਜ਼ਾਂ ਉੱਦਾਂ ਹੀ ਆ ਵੀ ਪਿਆ ਇੱਥੇ ਇੱਕ ਟਾਇਰ ਹੈਮਰ ਜਿਹੜਾ ਆਪਾਂ ਥੋੜ੍ਹਾ ਵਰਤਦੇ ਹਾਂ ਟਾਇਰ ਚੱਕਣ ਲਈ ਉਹਦੇ ਲਈ ਸਪੈਸ਼ਲ ਚੀਜ਼ ਬਣਾਈ ਲੱਕੜ ਦੀ ਠੀਕ ਹੈ ਨਾ ਚਾਹ ਬਰੱਸ਼ ਸਨੋ ਵਾਲਾ ਬਰੱਸ਼ ਜਿਹੜਾ ਮੈਨੂੰ ਚਾਹੀਦਾ ਗੱਡੀ ਜਿਹੜੀ ਮੈਂ ਸਵੇਰੇ ਉੱਦਾਂ ਹੀ ਸਾਫ਼ ਕਰੀ ਜਾਂਦਾ ਸੀਗਾ ਹੱਥ ਨਾਲ ਹੀ ਕਾਟ ਸੁੱਟ ਲਿਆ ਜੀ ਚਲੋ ਵੀ ਚੱਲੀਏ ਹੁਣ ਸੋ ਆਹ ਹੈਗਾ ਆ ਬ੍ਰਿਜ ਜਿਹੜਾ ਮਰਜ ਕਰਦਾ ਆ ਉਹਦੇ ਦੋਵਾਂ ਨੂੰ ਐਂਥਨੀ ਹੈਂਡੇ ਨੂੰ ਅਤੇ ਜਿਹੜੀ ਕੈਲਗਰੀ ਟ੍ਰੇਲ ਜਾਂਦੀ ਆ ਉਹਨੂੰ ਸੋ ਉਹਦੇ ਅੰਡਰ ਜਾ ਰਿਹਾ ਉਸ ਵੇਲੇ ਸੋ ਹੁਣ ਮੈਂ ਐਂਥਨੀ ਹੈਂਡੇ ਚੜ੍ਹ ਰਿਹਾ ਹਾਂ ਜਿਹੜਾ ਕਿ ਰਿੰਗ ਰੋਡ ਆ ਫਿਰ ਉਹੀ ਆ ਗਿਆ ਜਿਹੜੇ ਰਿੰਗ ਰੋਡ ਤੋਂ ਪਹਿਲਾਂ ਸੀਗਾ ਹੈ ਨਾ ਉੱਧਰੋਂ ਵਾਪਸ ਆ ਰਿਹਾ ਐਡਵੈਂਚਰ ਵੱਲ ਨੂੰ ਪਰ ਆਪਾਂ ਹੁਣ ਇੱਧਰੋਂ ਵੈਸਟ ਵੱਲ ਨੂੰ ਨਿਕਲ ਜਾਣਾ ਵਾ ਰੈਦਰ ਦੈਨ ਕਿ ਈਸਟ ਵੱਲ ਨੂੰ ਪਹਿਲਾਂ ਈਸਟ ਵੱਲ ਤੋਂ ਆਇਆ ਸੀਗਾ ਮੈਂ ਸੋ ਇਹ ਹੁਣ ਇਹੋ ਲੈ ਕੇ ਤਾਂ ਆਪਾਂ ਜਾਣਾ ਆ ਗ੍ਰੈਂਡ ਪੇਰੀ ਵੱਲ ਨੂੰ ਲਓ ਜੀ ਵਲੌਗ ਕੀਤਾ ਨਹੀਂ ਮੈਂ ਕਾਫੀ ਟਾਈਮ ਫੋਨ 'ਤੇ ਲੱਗ ਗਿਆ ਸੀਗਾ ਪਰ ਹੁਣ ਮੈਂ ਪਹੁੰਚ ਗਿਆ ਵਾਂ ਇੱਥੇ ਵਾਈਟ ਕੋਟ 2 ਘੰਟੇ ਡਰਾਈਵ ਬਹੁਤਾ ਟਾਈਮ ਤਾਂ ਨਹੀਂ ਹੋਇਆ 2 ਘੰਟੇ ਹੋਏ ਜੇ 200 ਕਿਲੋਮੀਟਰ ਅਤੇ ਬਾਅਦ ਐਡਮਿੰਟਨ ਤੋਂ ਰਾਹ ਦੇ ਵਿੱਚ ਇੱਥੇ ਇੱਕ ਬ੍ਰੇਕ ਲੈ ਰਿਹਾ ਪਹਿਲਾਂ ਉਹ ਟਾਈਮ ਹੋਣ ਦੇ ਸਾਹਮਣੇ ਉੱਥੇ ਚੱਲਿਆ ਅਤੇ ਅੰਦਰ ਚੱਲਦੇ ਹਾਂ ਨਾਲੇ ਗੱਲਬਾਤ ਕਰਦੇ ਹਾਂ ਆਹ ਟਰੱਕ ਲੈ ਕੇ ਲਾਇਆ ਵਾ ਸਨੋ ਇੱਧਰ ਬਹੁਤ ਜ਼ਿਆਦਾ ਪਈ ਜਾਂਦੀ ਅੱਜ ਫਿਰ ਹੁਣ ਅੱਗੇ ਸਲਿਪਰੀ ਸਲੋਪ ਜਾਉਣੇ ਆ 2 ਵਾਰੀ ਉੱਥੇ ਹੋਪਫੁਲੀ ਵਧੀਆ ਤਰੀਕੇ ਨਾਲ ਨਿਕਲ ਜੂ ਕੋਈ ਜ਼ਿਆਦਾ ਪ੍ਰੋਬਲਮ ਨਾ ਆਵੇ ਤਾਪਮਾਨ ਇੱਥੇ ਠੀਕ ਆ ਠੰਡ ਉਨੀ ਹੈਗੀ ਨਹੀਂ ਪਰ ਸਨੋ ਪਾਣੀ ਫਿਰ ਚੋਂ ਪਈ ਜਾਂਦੀ ਆ ਹੁਣ ਉਹਦਾ ਟਿਮ ਹੋਟਲ ਦਾ ਪਾਰਕਿੰਗ ਲਾਟ ਚੈੱਕ ਕਰ ਲਓ ਕਿ ਇਹ ਪਾਰਕਿੰਗ ਲਾਟ ਉੱਦਾਂ ਭਰਿਆ ਹੁੰਦਾ ਵਾ ਜ਼ਿਆਦਾਤਰ ਇੱਦਾਂ ਇੱਕੋ ਹੀ ਗੱਡੀ ਲੱਗੀ ਉਹ ਵੀ ਕਿਸੇ ਇੰਪਲੋਈ ਦੀ ਹੋਣੀ ਆ ਜ਼ਿਆਦਾਤਰ ਇੱਥੇ 4, 5, 6, 7, 10 ਗੱਡੀਆਂ ਤੱਕ ਵੀ ਲੱਗੀਆਂ ਹੁੰਦੀਆਂ ਨੇ ਪਰ ਹੁਣ ਓਬਵੀਅਸਲੀ ਕਰੋਨਾ ਵਾਇਰਸ ਦੇ ਹੋਣ ਦੇ ਕਾਰਨ ਕੋਈ ਅੰਦਰਾਂ 'ਚ ਜਾ ਨਹੀਂ ਰਿਹਾ ਟਿਮ ਹੋਟਲ ਜਿੱਦਾਂ ਹੋ ਗਿਆ ਬਸ ਇੱਥੇ ਆ ਡਰਾਈਵ ਥਰੂ ਆ ਇੱਥੇ ਜ਼ਿਆਦਾ ਜਾ ਰਹੇ ਉਹ ਗੱਡੀਆਂ ਲੱਗੀਆਂ ਨੇ ਉੱਥੇ ਅਤੇ ਹੁਣ ਇੱਥੋਂ ਮੈਂ ਤਾਂ ਵੈਸੇ ਅੰਦਰ ਚੱਲਿਆ ਮੈਨੂੰ ਪਤਾ ਨਹੀਂ ਉਹਨਾਂ ਦਾ ਖੁੱਲ੍ਹਾ ਵਾ ਕਿ ਨਹੀਂ ਕਿਉਂਕਿ ਕਾਫੀ ਜਿਹੜੇ ਰੈਸਟੋਰੈਂਟ ਨੇ ਜਾਂ ਇੱਦਾਂ ਦੇ ਕਾਫੀ ਸਪਾਟਸ ਨੇ ਕੈਫੇ ਨੇ ਉਹ ਅੰਦਰੋਂ ਬੰਦ ਹੀ ਕਰਤੇ ਉਹਨਾਂ ਨੇ ਜਿੱਦਾਂ ਹੁਣ ਇੱਥੇ ਵੀ ਅੰਦਰੋਂ ਦਿਖਾ ਦਿੰਦਾ ਤੁਹਾਨੂੰ ਅੰਦਰ ਜਾ ਕੇ ਕਿ ਜਿੱਦਾਂ ਇੱਥੇ ਲਿਖਿਆ ਤਾਂ ਹੈਗਾ ਆ ਪਰ ਆ ਜਿੱਦਾਂ ਇੱਦਾਂ ਕੁਰਸੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਦਾਂ ਚੁੱਕ ਕੇ ਸਾਈਡਾਂ 'ਤੇ ਰੱਖ ਲਈਆਂ ਨੇ ਕਿ ਬਹਿਣਾ ਅਲਾਊਡ ਨਹੀਂ ਹੈਗਾ ਹੁਣ ਅੰਦਰ ਇੱਧਰ ਵੀ ਸਾਰੀਆਂ ਜਿਹੜੀ ਕੁਰਸੀਆਂ ਨੇ ਅੰਦਰ ਜਾ ਕੇ ਦਿਖਾਉਂਦਾ ਸਾਰੀਆਂ ਇੱਦਾਂ ਸਾਈਡਾਂ 'ਤੇ ਰੱਖਤੀਆਂ ਮੁਰਗੀ ਛੁੱਪਣੀ ਚਾਹ ਟਿਮ ਹੋਟਲਸ ਵਾਲੇ ਯਾਰ ਬੜੇ ਅਗਰੈਸਿਵ ਨੇ ਇੱਥੇ ਔਡਰ ਕਰੀਦਾ ਫਟਾਫਟ ਕਹਿੰਦੇ ਦੱਸ ਫਟਾਫਟ ਦੱਸ ਕੀ ਚਾਹੀਦਾ ਫਟਾਫਟ ਦੱਸ ਬੰਦੇ ਨੇ ਬੋਲਣ ਦਾ ਮੌਕਾ ਦੇ ਸ਼ਾਇਦ ਮੈਂ ਉਹ ਵਾਲੀ ਬੋਲਦਾ ਇਹ ਵੀ ਨਹੀਂ ਪਤਾ ਉਹ ਕਾਫੀ ਟਾਈਮ ਲਾ ਰਹੇ ਨੇ ਇੱਥੇ ਖਲੋਤਾ ਮੈਂ ਵੇਟ ਕਰ ਰਿਹਾ ਕਾਫੀ ਪਿੱਛੇ ਲੰਬੀ ਲੱਗ ਗਈ ਲਾਈਨ ਮੈਂ ਤੁਹਾਨੂੰ ਦਿਖਾਉਣਾ ਹੁਣ ਹੀ ਸੋ ਤੁਸੀਂ ਦੇਖ ਸਕਦੇ ਹੋ ਜਿੱਦਾਂ ਆਹ ਇੱਥੇ ਯਾਰ ਮਿੱਤਰ ਫੜੀ ਖੜਾ ਆ ਸਾਈਨ ਜਿਹਾ ਅਤੇ ਪਿੱਛੇ ਬਹੁਤ ਲੰਬੀ ਲਾਈਨ ਲੱਗੀ ਮੈਂ ਬਾਹਰ ਜਾ ਕੇ ਦੇਖਣ ਲੱਗਾ ਆ ਕੀ ਬਣ ਰਿਹਾ ਕੀ ਚੱਕਰ ਆ ਆ ਜਾਓ ਦੇਖ ਲਓ
How are you, man? Good. How are you? Good, man. How are you? Good, good. What's going on? Damn, he's actually in a ditch, Yeah, he was flipped over before. He was flipped over. Is he okay? Is the driver okay? I have no idea. I don't know. Probably. So, आज चक्कर हो रहा है रोड के ऊपर ऑफिस अभी सो दैट्स गोना बी वाइल्ड देन ए होली वंस दे गेट ही जस्ट गॉट टू गेट हिम सो ही इज नॉट गोना फ्लॉप बैक इन लाइक यू सी इज कमिंग आउट राइट नाउ अ लिटिल बिट सो वंस दे गेट हिम पास दैट दे कैन पुल दिस वन आउट एंड देन वी विल बी एबल टू सेंड थ्रू दिस लेन वेल So hopefully not too much longer. Holy, look at the fucking light now. I know, it's too far, man. We're like, dude, we're only supposed to be able to shut it down. This is like 3 kilometers more. I know, like our signs, they're way past our signs. I don't know what the fuck we're supposed to do, really. How much we can do. It'd be better if people weren't all in the one lane, right? But people get scared because they don't know if they are allowed to go in the other lane because everyone just kind of like lines up in one. Yeah. That's why. Is this yours or is this a... What's that? Is this yours? No, that's guy. This guy's waiting too. Oh, okay. Holy fuck, man. Oh, truck utthe pura hi paltya pe aaya. Tusi dekh sakde ho. To line idhar bahut zyada lambi lag gayi hai. End tak oh 3-4 kilometer da dikhde ho. Utthe tak ta lagi hoyi aa. To appa mure hi aake lagge aa. So jekar main eho hi koi 3-4 ਮਿੰਟ ਪਹਿਲਾਂ ਆ ਜਾਂਦਾ ਸ਼ਾਇਦ 2 ਮਿੰਟ ਵੀ ਪਹਿਲਾਂ ਆ ਜਾਂਦਾ ਤਾਂ ਇੱਥੇ ਲਾਈਨ 'ਚ ਇੰਨਾ ਨਹੀਂ ਲੱਗਣਾ ਪੈਣਾ ਔਖਾ ਹੋਇਆ ਪਿਆ ਕੰਮ ਬਾਬੇ ਬਾਹਰ ਤਾਂ ਟਾਈਮ ਲੱਗੂਗਾ ਬਹੁਤ ਜ਼ਿਆਦਾ ਇੱਥੇ ਹਿਸਾਬ ਨਾਲ ਸਾਨੂੰ ਇੱਥੇ ਬਹਿਣਾ ਪੈਣਾ ਆ ਆਈ ਡੋਨਟ ਨੋ ਜੋ ਹੈ ਸੋ ਹੈ ਯਾਰ ਜੋ ਹੈ ਸੋ ਹੈ ਵਧੀਆ ਮੌਕਾ ਹੁੰਦਾ ਜਿੱਦਾਂ ਦਾ ਕਿ ਆਪਣੀ ਵੀਡੀਓ ਐਡਿਟ ਕਰਦਾ